ਅੱਜ ਸਵਸਥ ਭਾਰਤ ਅਭਿਆਨ ਰੱਥ ਯਾਤਰਾ ਜੋ ਲੇਹ ਲਦਾਖ ਤੋਂ ਸ਼ੁਰੂ ਕੀਤੀ ਗਈ ਸੀ ਅੱਜ ਸਿਵਲ ਹਸਪੀਟਲ ਬਟਾਲਾ ਵਿਖੇ ਪਹੁੰਚੀ। ਇਸ ਮੌਕੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਮਨਦੀਪ ਸਿੰਘ ਚੀਮਾ ਨੇ ਉਹਨਾਂ ਦਾ ਸਵਾਗਤ ਕੀਤਾ। ਸਵਸਥ ਭਾਰਤ ਰੱਥ ਯਾਤਰਾ ਦਾ ਪਤਾ ਲੱਗਣ ਤੇ ਸ਼ਹਿਰ ਦੀ ਨਾਮਵਾਰ ਸਮਾਜ ਸੇਵੀ ਸੰਸਥਾਵਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਚੇਅਰਮੈਨ ਚੀਮਾ ਨੇ ਕਿਹਾ ਕਿ ਸਿਵਲ ਹਸਪੀਟਲ ਵਿੱਚ ਜੋ ਗੰਦਗੀ ਦਿਖਾਈ ਦਿੰਦੀ ਹੈ ਉਸਦਾ ਜਲਦੀ ਹੀ ਨਿਪਟਾਰਾ ਕੀਤਾ ਜਾਵੇਗਾ। ਮੈਂ ਵਿਜੇ ਪ੍ਰਭਾਤ ਸ਼ਿਵਸਾਂ ਸਮਾਜ ਦੇ ਜ਼ਿਲ੍ਹਾ ਪ੍ਰਧਾਨ। ਅੱਜ ਇੱਥੇ ਸਾਡੇ ਅਮਰਦੀਪ ਸਿੰਘ ਜੀ ਚੀਮਾ ਹੈਲਥ ਸਿਸਟਮ ਡਿਪਾਰਟਮੈਂਟ ਦੇ ਚੇਅਰਮੈਨ ਸਾਹਿਬ ਆਏ ਸੀ ਅਤੇ ਸਵੱਛ ਭਾਰਤ ਅਭਿਆਨ ਦੇ ਤਹਿਤ ਆਪਣਾ ਇੱਥੇ ਪ੍ਰੋਗਰਾਮ ਦੇਖਣ ਆਏ ਕਿ ਕਿੱਡਾ ਸਾਫ਼ ਸਫਾਈ ਵਾਲਾ ਸਿਸਟਮ ਹੈ ਇੱਥੇ। ਪਰ ਇਸ ਸਰਕਾਰੀ ਸਿਵਲ ਹੋਸਪਿਟਲ ਦੀ ਹਾਲਤ ਐਡੀ ਕੁ ਮਾੜੀ ਅਤੇ ਇੰਨੀ ਕੁ ਗੰਦੀ ਵੀ ਜਿਹਦੇ ਸੁਣ ਕੇ ਵੀ ਵੇਖ ਕੇ ਵੀ ਹੈਰਾਨਗੀ ਹੁੰਦੀ ਹੈ। ਇੰਨੀ ਕੁ ਬਦਬੂ ਬੜੀ, ਫਲੈਸ਼ਾਂ ਦਾ ਮਾੜਾ ਹਾਲ ਹੈ, ਟੁੱਟੀਆਂ ਫਲੈਸ਼ਾਂ ਨੇ, ਪੀਣ ਲਈ ਪਾਣੀ ਦਾ ਕੋਈ ਵਧੀਆ ਸਿਸਟਮ ਨਹੀਂ ਹੈਗਾ। ਹਰ ਪੱਖੋਂ ਹਰ ਮਤਲਬ ਕਿ ਸਹੂਲਤ ਹੱਥੋਂ ਇਹ ਜਿਹੜਾ ਹੋਸਪਿਟਲ ਬੇਕਾਰ ਹੋਇਆ ਪਿਆ। ਐਡੇ ਵੱਡੇ ਚੇਅਰਮੈਨ ਹੋਣ ਦੇ ਬਾਵਜੂਦ ਜਦੋਂ ਇਹਨਾਂ ਨੂੰ ਸ਼ਿਕਾਇਤਾਂ ਦਾ ਸਾਡੇ ਸਿੰਧੂ ਸਾਹਿਬ ਨੇ ਸ਼ਿਕਾਇਤਾਂ ਬਾਰੇ ਨਿਪਟਾਰਾ ਸ਼ਿਕਾਇਤਾਂ ਬਾਰੇ ਜਾਣੂ ਕਰਵਾਇਆ ਤਾਂ ਉਹਨਾਂ ਨੇ ਸਿਰਫ ਇੱਕੋ ਹੀ ਗੱਲ ਕਹੀ, ਬਈ ਮੇਰੇ ਨੋਟਿਸ ਵਿੱਚ ਇਹ ਗੱਲ ਆ ਗਈ ਹੈ, ਇਹਨੂੰ ਜਲਦੀ ਤੋਂ ਜਲਦੀ ਆਪਾਂ ਠੀਕ ਕੀਤਾ ਜਾਏਗਾ। ਅਤੇ ਆਸ਼ਵਾਸਨ ਤੋਂ ਇਲਾਵਾ ਮੌਕੇ 'ਤੇ ਕੋਈ ਡਿਸੀਜਨ ਨਹੀਂ ਲੈ ਸਕੇ ਵੀ ਹੁਣੇ ਬਈ ਆਪਣੇ SMO ਸਾਹਿਬ ਨੂੰ ਜਾਂ ਕਿਸੇ ਸਫਾਈ ਕਰਮਚਾਰੀਆਂ ਨੂੰ ਮੌਕੇ 'ਤੇ ਨਾਲ ਫਰਜ਼ ਬਣਦਾ ਸੀ। ਜਿਹੜੇ ਵੀ ਕੋਈ ਕਮੀ ਪੇਸ਼ੀ ਹੈਗੀ ਹੈ ਇੱਥੋਂ ਦੇ ਡਿਪਾਰਟਮੈਂਟ ਨੂੰ, ਇੱਥੋਂ ਦੇ ਸਿਸਟਮ ਨੂੰ ਮੌਕੇ 'ਤੇ ਸੱਦ ਕੇ ਸਾਰਿਆਂ ਨੂੰ ਹਦਾਇਤਾਂ ਜਾਰੀ ਕਰਦੇ ਵੀ ਹੁਣੇ ਆ ਜੋ ਵੀ ਗੰਦਗੀ ਹੈਗੀ ਹੈ, ਜੋ ਵੀ ਹੋਸਪਿਟਲ ਦਾ ਮਾੜਾ ਹਾਲ ਹੈ, ਇਹਨੂੰ ਹੁਣੇ ਠੀਕ ਕੀਤਾ ਜਾਵੇ। ਦੂਸਰੀ ਗੱਲ, ਜੋ ਵੀ ਹੋਸਪਿਟਲ ਦੇ ਵਿੱਚ ਜਿੰਨੇ ਵੀ ਟੈਸਟ ਹੁੰਦੇ ਨੇ ਉਹ ਸਾਰੇ ਪ੍ਰਾਈਵੇਟ ਹੁੰਦੇ ਨੇ, ਮਰੀਜ਼ਾਂ ਨੂੰ ਬਿਲਕੁਲ ਕਿਸੇ ਕਿਸਮ ਦੀ ਦਵਾਈ ਨਹੀਂ ਦਿੱਤੀ ਜਾਂਦੀ। ਬਹੁਤ ਹੀ ਮਾੜਾ ਹਾਲ ਹੈ ਇਸ ਸਰਕਾਰੀ ਹੋਸਪਿਟਲ ਦਾ। ਸਵੱਛ ਭਾਰਤ ਯਾਤਰਾ ਜੋ ਇਸ ਸੈਕਸ਼ਨ ਦੇ ਵਿੱਚ ਲੇਹ ਲਦਾਖ ਤੋਂ ਚੱਲ ਕੇ ਆਈ ਹੈ, ਉਹ ਸਾਡੇ ਪਰਸੋਂ ਮਾਨਯੋਗ ਮੰਤਰੀ ਹੈਲਥ ਵਾਲੇ ਸ਼੍ਰੀ ਬ੍ਰਹਮਿੰਦਰਾ ਜੀ ਨੇ ਰਿਸੀਵ ਕੀਤਾ ਸੀ ਗੁਰਦਾਸਪੁਰ। ਸੋ ਸਾਡੀ ਡਿਊਟੀ ਇੱਥੇ ਬਟਾਲਾ ਲੱਗੀ ਸੀ ਇਹਨੂੰ ਰਿਸੀਵ ਕਰਨ ਦੀ। ਰਿਸੀਵ ਕਰਨਾ ਇੱਕ ਸਿਰਫ ਇੱਕ ਮੌਕਾ ਵੀ ਹੁੰਦਾ ਔਰ ਇੱਕ ਮੈਸੇਜ ਦੇਣਾ ਹੁੰਦਾ ਕਿ ਮਾਨਯੋਗ ਮੁੱਖ ਮੰਤਰੀ ਜੀ ਨੇ ਜੋ ਤੰਦਰੁਸਤ ਮਿਸ਼ਨ ਪੰਜਾਬ ਦਾ ਲਾਂਚ ਕੀਤਾ ਇਹ ਉਹਦੇ ਨਾਲ ਮੇਲ ਖਾਂਦਾ। ਅਸੀਂ ਉਹਨੂੰ ਪ੍ਰਮੋਟ ਕਰਨ ਲਈ ਸਰਕਾਰ ਦਾ, ਸਿਹਤ ਵਿਭਾਗ ਦਾ ਇਹਦੇ ਨਾਲ ਪੂਰਾ ਸਹਿਯੋਗ ਹੈ, ਉਸ ਕਰਕੇ ਅੱਜ ਅਸੀਂ ਇਹਨੂੰ ਰਿਸੀਵ। ਮੇਰੇ ਕੋਲ ਪਹਿਲਾਂ ਵੀ ਸਿਵਲ ਸਰਜਨ ਸਾਹਿਬ ਨੇ ਔਰ SMO ਸਾਹਿਬ ਨੇ ਇਹ ਮੁੱਦਾ ਉਠਾਇਆ ਸੀ। ਆਪਾਂ ਇਸ ਮੁੱਦੇ ਦੇ ਉੱਤੇ ਤਾਂ ਜਾ ਰਹੇ, ਇਹਦੀ ਡੂੰਘਾਈ 'ਚ ਜਾ ਕੇ ਗੱਲ ਕਰਨ ਵਾਲੀ ਹੀ ਗੱਲ ਹੈ। ਇਹਦੇ ਲਈ ਇੱਕ ਸਪੈਸ਼ਲ ਪ੍ਰੋਗਰਾਮ ਇਹ ਤਾਂ ਬਣਾਉਣਾ ਪਿਆ ਕਿ ਜਦੋਂ ਇਹ ਸੀਵਰੇਜ ਦੀ ਲਾਈਨ ਲੇਹ ਹੋਈ ਬਾਹਰ ਵਾਲੀ, ਉਹ ਸੀਵਰੇਜ ਦੀ ਲਾਈਨ ਉੱਚੀ ਬਣ ਗਈ। ਉਹਦੇ ਨਾਲ ਉਦੋਂ ਸਿਵਲ ਹਸਪਤਾਲ ਨੇ ਜੋ ਵੀ ਉਪਰਾਲੇ ਕੀਤੇ ਹੋਣਗੇ ਹੁਣ ਉਹਦੇ 'ਤੇ ਨਾ ਜਾਂਦਿਆਂ ਹੋਇਆਂ ਹੁਣ ਅਸੀਂ ਇਹਨੂੰ ਹੋਰ ਪੈਸਾ ਖਰਚ ਕੇ ਖਰਚਣਾ ਪਏਗਾ ਕਿਉਂਕਿ ਜਦੋਂ ਹਾਲਾਤ ਐਸੇ ਬਣ ਗਏ ਨੇ। ਚਲੋ ਚੰਗੀ ਗੱਲ ਹੈ ਤੁਸੀਂ ਇਹ ਉਠਾਇਆ, ਇਹ ਬਹੁਤ ਚੰਗਾ ਹੁੰਦਾ ਜਦੋਂ ਇਹ ਬਾਹਰ ਸੜਕ ਬਣ ਰਹੀ ਸੀ ਅਤੇ ਬਾਹਰ ਸੀਵਰੇਜ ਬਣ ਰਿਹਾ ਸੀ ਉਦੋਂ ਇਹ ਮੁੱਦਾ ਉਠਾਇਆ ਜਾਂਦਾ। ਮੈਂ ਸਿਵਲ ਸਰਜਨ ਸਾਹਿਬ ਕੋਲ ਵੀ ਚੈੱਕ ਕੀਤਾ ਅਤੇ SMO ਸਾਹਿਬ ਕੋਲ ਵੀ ਚੈੱਕ ਕੀਤਾ ਕਿ ਰੋਜ਼ ਆਉਂਦੀਆਂ ਨੇ ਮੁਸ਼ਕਲਾਂ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਲ ਜਾਂਦੀਆਂ ਨੇ, ਮਸਲਾ ਬਣਿਆ ਕਿਉਂ ਇਸ ਤਰ੍ਹਾਂ ਦਾ, ਉਦੋਂ ਇਹ ਪਤਾ ਲੱਗਾ। ਚਲੋ ਜਬ ਜਾ ਕੇ ਤਵੀ ਸਵੇਰਾ ਹੁਣ ਤੁਸੀਂ ਇਸ ਮੁੱਦੇ ਨੂੰ ਉਠਾ ਰਹੇ ਹੋ, ਮੈਂ ਤੁਹਾਨੂੰ ਇਹ ਇਸ਼ੋਰ ਕਰਦਾ ਕਿ ਇਹਨੂੰ ਆਉਣ ਵਾਲੇ ਦਿਨਾਂ 'ਚ ਜਲਦੀ ਤੋਂ ਜਲਦੀ ਇਹਨੂੰ ਠੀਕ ਕਰਾਂਗੇ। ਆਪਣਾ ਸ਼ਹਿਰ, ਆਪਣਾ ਹਸਪਤਾਲ ਹੈ। ਹੁਣੇ ਅਸੀਂ ਥੋੜ੍ਹੀ ਦੇਰ ਪਹਿਲਾਂ ਆਪਸ 'ਚ ਸਲਾਹ ਕੀਤੀ, SDM ਸਾਹਿਬ ਵੀ ਸੀਗੇ, ਸਿਵਲ ਸਰਜਨ ਸਾਹਿਬ ਦਰਜਾ ਦਰਜਾ ਸਾਰੇ ਸਾਡੇ ਸਾਥੀ ਸੀ, ਇਹਨੂੰ ਕਮਿਊਨਿਟੀ ਪਾਰਟੀਸਪੇਸ਼ਨ 'ਚ ਲੈ ਕੇ ਚੱਲੀਏ, ਨਾ ਕਿ ਦੋ ਚਾਰ ਓਪਨ ਕਰੀਏ, ਨਾ ਕਿ ਇਹ ਗੱਲਾਂ ਚੱਲਣ। ਹੁਣ ਜੋ ਸਾਨੂੰ ਲੈਗਸੀ ਇਸ਼ੂ ਮਿਲੀ ਹੈ ਪਿਛਲੇ 10 ਸਾਲਾਂ ਦੀ, ਉਹਨੂੰ ਵਾਰ ਵਾਰ ਕਹਿਣਾ ਕੋਈ ਬਣਦਾ ਨਹੀਂ ਹੈਗਾ। ਹੁਣ ਇਹਨੂੰ ਸੁਧਾਰ ਵੱਲ ਲੈ ਕੇ ਚੱਲੀਏ ਔਰ ਮੈਂ ਸਾਰੀ ਸਾਡੇ ਲੋਕਲ ਸਮਾਜਿਕ ਸੰਗਠਨਾਂ ਦਾ ਔਰ ਸਾਥੀਆਂ ਦਾ ਸਹਿਯੋਗ ਚਾਹਾਂਗਾ ਕਿ ਉਹ ਇਹਦੇ ਵਿੱਚ ਸਾਡੇ ਨਾਲ ਰਲ ਕੇ ਚੱਲਣ ਔਰ ਆਉਣ ਵਾਲੇ ਦਿਨਾਂ 'ਚ ਇਹਦਾ ਬਹੁਤ ਵਧੀਆ ਕਾਇਆ ਕਲਪ ਇੱਕ ਪ੍ਰੋਗਰਾਮ ਹੈ ਸਾਡਾ, ਉਹਦੇ ਤਹਿਤ ਇਹਦਾ ਸੁਧਾਰ ਕਰਦੇ। ਸ਼ਹਿਰੀ ਹਾਂ ਮੈਂ, ਕਿਹੜਾ ਦੂਰ ਚਲੇ ਚੱਲਿਆ ਤੁਹਾਡੇ ਤੋਂ ਪਹਿਲਾਂ ਮੇਰੀ ਸਭ ਤੋਂ ਜ਼ਿਆਦਾ ਨੂੰ ਜ਼ਿੰਮੇਵਾਰੀ ਬਣ ਗਈ ਜੇ ਮਾਨਯੋਗ ਮੰਤਰੀ ਸਾਹਿਬ ਨੇ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ। ਮੈਂ ਤੁਸੀਂ ਸੁਚੇਤ ਕੀਤਾ, ਚੰਗੀ ਗੱਲ ਹੈ, ਬਟ ਇਸ ਤੋਂ ਪਹਿਲਾਂ ਮੈਂ ਇਹਦੇ ਉੱਤੇ ਸਰਵੇ ਕਰਾ ਗਿਆ, ਕੱਲ੍ਹ ਵੀ ਸਾਡੀ ਟੀਮ ਇੱਥੇ ਸੀਗੀ ਇੰਜੀਨੀਅਰਿੰਗ ਵਿੰਗ ਦੀ, ਇਹਨੂੰ ਜ਼ਰੂਰ ਆਸ਼ਵਾਸਨ ਨਾਂ ਦੀ ਕੋਈ ਚੀਜ਼ ਹੈ, ਇਹ ਹੱਲ ਹੋਏਗਾ ਹੀ ਹੋਏਗਾ, ਆਸ਼ਵਾਸਨ ਕੋਈ ਨਹੀਂ। ਮੈਂ ਇਨਕਲਾਬ ਸਭਾ ਤੋਂ ਜੀ, ਅਤੇ ਅੱਜ ਸਾਡੇ ਸਿਵਲ ਹਸਪਤਾਲ ਬਟਾਲਾ 'ਚ ਉੱਚ ਅਧਿਕਾਰੀ ਸਿਵਲ ਸਰਜਨਸ ਇੱਥੋਂ ਦੇ ਚੇਅਰਮੈਨ ਪੰਜਾਬ ਦੇ ਹੈਲਥ ਸਿਸਟਮ ਦੇ ਆਏ, ਪਰ ਸਫਾਈ ਇਹ ਕਹਿੰਦੇ ਨੇ ਸਵੱਛ ਭਾਰਤ ਅਭਿਆਨ ਚਲਾਉਣ ਵਾਸਤੇ ਇੱਥੋਂ ਯਾਤਰਾ ਸ਼ੁਰੂ ਹੋਈ ਆ, ਪਰ ਸਿਵਲ ਹਸਪਤਾਲ ਬਟਾਲਾ ਵਿੱਚ ਸਾਨੂੰ ਆਸ਼ਵਾਸਨ ਤੋਂ ਸਵਾਲ ਕੱਖ ਨਹੀਂ ਦੇ ਕੇ ਗਏ। ਜੱਚਾ ਬੱਚਾ ਵਾਰਡ ਹੋਵੇ, ਪੀਣ ਵਾਲਾ ਪਾਣੀ ਹੋਵੇ, ਸ਼ਾਇਦ ਇਹਨਾਂ ਦੇ ਬੰਦ ਕਮਰੇ ਹੋਣ, ਹਰ ਜਗ੍ਹਾ ਗੰਦਗੀ ਪਈ ਆ, ਸਿਰਫ ਆਸ਼ਵਾਸਨ ਦੇ ਕੇ ਗਏ ਆ, ਕਿਸੇ ਗੱਲ ਦਾ ਜਵਾਬ ਪ੍ਰੋਪਰ ਇਹਨਾਂ ਕੋਲ ਹੈਗਾ ਨਹੀਂ ਸੀ। ਅਤੇ ਜੋ ਉਹਨਾਂ ਪੁੱਛਿਆ ਜਾਵੇ ਬਸ ਕਾਕਾ ਜੀ ਕੋਈ ਗੱਲ ਨਹੀਂ ਕਰ ਦਾਂਗੇ, ਕਾਕਾ ਜੀ ਮਿਸ਼ਨ ਬਣਾਉਂਦੇ ਆ, ਮਿਸ਼ਨ ਨੂੰ ਇਹ ਕਿਹੜਾ ਪਰਮਾਣੂ ਬੰਬ ਬਣਾਉਣਾ ਵਾ, ਇੱਕ ਪਾਈਪ ਲਾਉਣੀ ਇਹਨਾਂ ਨੇ, ਉਹਦੇ ਵਾਸਤੇ ਵੀ ਅਸੀਂ ਆਸ਼ਵਾਸਨ ਦੇ ਜਾਂਦੇ ਆ। ਸੋ ਇਹਨਾਂ ਨੂੰ ਬੇਨਤੀ ਆ, ਇੱਕ ਮਹੀਨੇ 'ਚ 10 ਵਜੇ ਮੈਂ ਪਾ ਦਿੱਤੀ ਹੋਈ, ਇਹਨਾਂ ਨੂੰ ਆਪ ਮਿਲ ਚੁੱਕਾ, ਇਹ ਬੈਕ ਸਾਈਡ 'ਤੇ ਬਾਇਓ ਵੇਸਟ ਮਟੀਰੀਅਲਸ ਆ,
ਬਾਇਓ ਵੇਸਟ ਮਟੀਰੀਅਲ ਮੈਂ ਇੱਥੋਂ ਦੇ ਅਧਿਕਾਰੀਆਂ ਨੂੰ ਦੱਸ ਚੁੱਕਾ ਜਿੱਥੋਂ ਹੈਜਾ ਫੈਲਦਾ ਵਾ, ਜੇ ਆਪ ਨਹੀਂ ਕਰ ਸਕਦੇ ਸਾਨੂੰ ਕਹਿ ਦਿੰਦੇ ਸਾਡੀ ਸਭਾ ਪਿੱਛੋਂ ਆ ਕੇ ਚੁੱਕ ਦਿੰਦੀ ਆ। ਅੱਜ ਸਾਡੇ SMO ਸਾਹਿਬ ਕਹਿੰਦੇ ਕਿ ਤੁਸੀਂ ਚੁੱਕ ਦਿਉ, ਇਹ ਨਹੀਂ ਮੈਨੂੰ ਅੱਜ ਕਿਹਾ ਕਿ ਜੇ ਤੂੰ ਦਸ ਤਾਂ ਪਿੱਛੇ ਬਾਇਓ ਵੇਸਟ ਮਟੀਰੀਅਲ ਪਿਆ ਤਾਂ ਆਪਣੇ ਅਫਸਰਾਂ ਸਾਹਮਣੇ ਕਹਿੰਦੇ ਆ ਕਿ ਮੈਂ ਤੈਨੂੰ ਦੇ ਦੇਣਾ ਤੁਸੀਂ ਚੁੱਕ ਲਓ, ਜੇ ਮੈਂ ਪੁੱਛ ਹੀ ਲਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਇਹ ਨਹੀਂ ਕਹਿੰਦੇ ਕਿ ਸਾਡੀ ਜ਼ਿੰਮੇਵਾਰੀ ਆ ਇੱਥੇ ਹਾਜਾ ਬੱਚਿਆਂ ਨੂੰ ਨਾ ਫੈਲੇ। ਸੇ ਜੱਚਾ ਬੱਚਾ ਵਾਰਡ ਦੀ ਗੱਲ ਕਰ ਲਓ, ਸੈਂਟਰ ਵਿੱਚ ਬਾਥਰੂਮ ਆ, ਚੱਚਾ ਬੱਚਾ ਵਾਰਡ ਜਿਹੜੇ ਪ੍ਰੈਸ਼ਨ ਵਾਲੇ ਬੱਚੇ ਹੁੰਦੇ ਆ ਉਹਨਾਂ ਨੂੰ ਰਿਸ਼ਤੇਦਾਰਾਂ ਨੂੰ ਵੀ ਨਹੀਂ ਮਿਲਣ ਦਿੰਦੇ, ਉਹਦੇ ਵਿੱਚ ਗਾਰਿਆਂ ਨਾਲ ਕਹਿੰਦੇ ਨੂੰ ਬਾਥਰੂਮ ਲੀਕ ਹੋਇਆ ਪਿਆ ਵਾ, ਉਹ ਵੀ ਅੱਜ ਠੀਕ ਨਹੀਂ ਕਰਾਇਆ। ਅੱਜ ਅਫਸਰ ਆ ਗਏ ਅਤੇ ਅੱਜ ਪਾਈਪ ਸ਼ੁਰੂ ਹੋ ਗਏ ਆ, 10 ਦਿਨ ਹੋ ਗਏ ਸਾਨੂੰ ਵੀਡੀਓ ਪਾਉਂਦੇ ਪਾਉਂਦੇ, ਅਤੇ ਅੱਜ ਆਹ ਵੇਖੋ ਇੱਕ ਢੋਂਗ ਰਚਾਇਆ ਇਹਨਾਂ ਨੇ ਸਵੱਛ ਭਾਰਤ ਦਾ, ਸ਼ੁਰੂਆਤ ਕਰਨੀ ਹੈ ਅਤੇ ਆਪਣੇ ਹਸਪਤਾਲ ਤੋਂ ਕਰਨੀ।